एक ये नवा तरीका अपनाया है ना, भी असी पूरे ये बैड बनाए थे, ये 5 फुट जगह दे विच एक बैड बनता है, ते असी दो एक बैड दे उस तरफ लैन सरों दी, ये टूंडियां ना सरों लगी हुई है, एक एक दाना सरों का लाया असी, जिसे आके मतलब ये सारे ये असी एक किला खेत का है, सारा 250 ग्राम बीज नहीं लगे सरों का। ਉਹਦੇ ਨਾਲ ਅਸੀਂ ਕੀ ਹੋਰ ਅਪਣਾ ਰਹੇ ਸੀ ਜੀ, ਇੱਕ ਯਾਰ ਚੱਪਣ ਟਿੰਡੇ ਲੱਗੇ ਹੋਏ ਆ ਨਾ, ਹਾਂਜੀ ਆ ਦੇਖੋ ਕਿੱਡੇ ਸੋਹਣੇ ਇਹ, ਅਸੀਂ ਸਾਰੇ ਸਿਆਲ ਇਹ ਚੱਪਣ ਟਿੰਡਾ ਖਾਧਾ ਜੀ। ਅੱਛਾ, ਤੇ ਹੁਣ ਵੀ ਲੱਗੇ ਪਏ ਆ? ਹੁਣ ਵੀ ਲੱਗੇ ਪਏ ਆ ਨਾ। ਹਾਂ, ਇਹਨੇ ਕੀ ਕੀਤਾ, ਸਰੋਂ ਦੇ ਨਾਲ ਉਹ ਜਿਹੜਾ ਕੋਰੇ ਨੇ ਜਾਂ ਠੰਡ ਨੇ ਮਾਰ ਕਰਨਾ ਸੀਗਾ, ਉਹ ਇਹਨੂੰ ਕੋਈ ਉਹਨੂੰ ਹੋਈ ਨਹੀਂ, ਤੇ ਨਾਲ ਨਾਲ ਸਾਨੂੰ ਇਹ ਸਬਜ਼ੀ ਵੀ ਨਾਲ ਖਾਣ ਨੂੰ ਮਿਲਦੀ ਸੀ ਹੈ ਨਾ, ਤੇ ਤੁਹਾਡੇ ਸਾਹਮਣੇ ਸ਼ੌਪ ਤੇ ਵੀ ਪਈ ਹੈ, ਅਸੀਂ ਸੇਲ ਵੀ ਕਰੀ ਜਾਂਦੇ ਹਾਂ ਜਿੰਨਾ ਸਰਦੇ ਨੂੰ, ਨਾਲੇ ਆਪਦਾ ਨਵੀਂ ਸਬਜ਼ੀ ਖਾਈ ਜਾਂਦੇ ਹਾਂ। ਤੇ ਸਰੋਂ ਦਾ ਤੁਸੀਂ ਦੇਖੋ ਵੀ ਇਹ ਪੂਰਾ ਜਿਹੜਾ ਇਹ ਓਰਾ ਹੈ, ਹਾਂਜੀ, ਇਹ ਸਮਝੋ ਇਹਦਾ 8 ਫੁੱਟ ਦੀ 8 ਫੁੱਟ ਤੇ ਇਹਦਾ ਫਾਸਲਾ, ਹਾਂਜੀ, 8x8 ਤੇ ਲੱਗਿਆ ਹੋਇਆ, ਹਾਂਜੀ, ਅੱਜ ਤੁਸੀਂ ਦੇਖ ਰਹੇ ਪੂਰੇ ਦਾ ਪੂਰਾ ਇਹ ਮਿਲ ਚੁੱਕਿਆ। ਹਾਂ ਬਿਲਕੁਲ ਸਹੀ, 8 ਫੁੱਟ ਤੇ ਜਾ ਕੇ ਵੀ ਪੂਰਾ ਇਹ ਆਪਸ ਵਿੱਚ ਮਿਲ ਚੁੱਕਿਆ, ਪੂਰਾ ਇਹਨੂੰ ਥੱਲਿਓ ਤੋਂ ਲੈ ਕੇ ਹਾਂਜੀ ਉੱਪਰ ਤੱਕ ਸਾਰੇ ਇਹਦੇ ਇਹ ਫਲੀਆਂ ਸਰੋਂ ਦੇ ਦਾਣੇ ਬਣ ਗਏ। ਤੇ ਇਹਦਾ ਬਾਈ ਫਾਇਦਾ ਵੀ ਹੋਇਆ ਹੋਣਾ ਤੁਹਾਨੂੰ ਹਨਾ, ਪੂਰਾ ਇਹਦਾ ਵੀ ਜਿਵੇਂ ਇੱਕ ਤਾਂ ਤੁਸੀਂ ਕਿਹਾ ਥੱਲੇ ਸਬਜ਼ੀ ਲੱਗ ਗਈ ਆਪਣੀ, ਤੇ ਇਹ ਜਿਹੜੇ ਬੈੱਡ ਤੇ ਸਿਸਟਮ ਡ੍ਰਿਪ ਸਿਸਟਮ ਨਾਲ ਇਹਨੂੰ ਵੀ ਪਾਣੀ ਦਾ, ਇਹ ਵੀ ਡ੍ਰਿਪ ਸਿਸਟਮ ਲੱਗਿਆ ਹੋਇਆ ਸੀ ਇਹਦੇ ਵਿੱਚ, ਡ੍ਰਿਪਣਾ ਹੀ ਅਸੀਂ ਇਹਨੂੰ ਪਾਣੀ ਦਿੰਦੇ ਸੀਗੇ, ਤੇ ਇਹ ਦੇਖੋ ਵੀ ਮਤਲਬ ਤਾਂ ਆਮ ਦੂਜੀਆਂ ਸਰਮਾਂ ਦੀ ਡਬਲ ਤਾਂ ਗਰੋਥ ਹੋ ਚੁੱਕੀ ਹੈ ਨਾ, ਤੇ ਡਬਲੇ ਦਾ ਫਟਾਰਾ ਹੋ ਚੁੱਕਿਆ, ਤੇ ਇਹ ਸਾਨੂੰ ਇੰਨੀ ਉਮੀਦ ਨਹੀਂ ਸੀ ਵੀ ਇਹ 8 ਫੁੱਟ ਤੇ ਵੀ ਇੱਕ ਦੂਜੇ ਨਾਲ ਇਹ ਮਿਲ ਜਾਏਗਾ, ਤੇ ਉਹ ਸਾਡਾ ਚਲੋ ਚੱਪਣ ਡੰਡੇ ਸੀ ਪਹਿਲਾਂ ਤਾਂ ਬਹੁਤ ਵਧੀਆ ਖਾਧਾ, ਤੇ ਹੁਣ ਉਹਦਾ ਉਹ ਥੱਲੇ ਦੱਬ ਗਿਆ, ਪਰ ਚਲੋ ਉਹ ਦੱਬ ਗਿਆ ਤਾਂ ਹੁਣ ਸਰੋਂ ਵੀ ਸਾਨੂੰ ਇਹ ਪੂਰੀ ਭਰਪੂਰ ਮਾਤਰਾ ਦੇ ਵਿੱਚ ਮਿਲੂਗੀ, ਤੇ ਇਹ ਬਿਲਕੁਲ ਇੱਕ ਹੋਰ ਤੁਹਾਨੂੰ ਦੱਸਦਾ, ਹਾਂਜੀ, ਬਿਲਕੁਲ ਔਰਗੈਨਿਕ। ਅੱਛਾ, ਕੋਈ ਸਪਰੇਅ ਨਹੀਂ ਕੀਤੀ? ਇੱਕ ਵੀ ਸਪਰੇਅ ਸਰਮਨ ਦੇ ਉੱਤੇ ਇੱਕ ਵੀ ਸਪਰੇਅ ਨਹੀਂ ਕੀਤੀ, ਇੱਕ ਵੀ ਦਾਣਾ ਇਹਨੂੰ ਕੋਈ ਯੂਰੀਆ ਜਾਂ ਕੋਈ DAP ਦਾ ਨਹੀਂ ਕੋਈ ਵੀ ਇਸ 'ਚ ਪਾਇਆ ਗਿਆ। ਇਹਦੇ ਵਿੱਚ ਜਦੋਂ ਮੈਂ ਸੱਚ ਲਾਉਣ ਤੋਂ ਪਹਿਲਾਂ ਇਹ 'ਚ 2-3 ਟਰਾਲੀਆਂ ਰੂੜੀ ਦੀ ਖਾਦ ਜ਼ਰੂਰ ਪਾਈ ਸੀ। ਠੀਕ ਹੈ, ਉਹਨੇ ਕਮਾਲ ਕਰਤਾ, ਮਤਲਬ ਉਸੇ ਨੇ ਕਮਾਲ ਕਰਤਾ। ਫਿਰ ਇਹਨੂੰ ਪਾਣੀ ਦੀ ਘੱਟ ਜ਼ਰੂਰਤ ਹੁੰਦੀ, ਇਹਨੂੰ ਪਾਣੀ ਘੱਟ ਮਿਲਿਆ, ਹਾਂਜੀ, ਹੈ ਨਾ, ਸਿਲਕ ਆਪਣੇ ਉਹ ਹੀ ਬਹੁਤ ਹੋਈ ਪਈ ਹੈ, ਹਾਂਜੀ, ਤੇ ਇਸ ਕਰਕੇ ਮੈਨੂੰ ਲੱਗਦਾ ਜੀ ਇਹ ਵੀ ਮੇਰਾ ਤਜਰਬਾ ਬੜਾ ਕਾਮਯਾਬ ਹੋਏਗਾ, ਤੇ ਦੇਖਦੇ ਹਾਂ ਸਰੋਂ ਦਾ ਕੀ ਝਾੜ ਹੈਗਾ ਨਾ ਜੀ, ਤੇ ਮੈਨੂੰ ਲੱਗਦਾ ਵੀ ਇਹ ਬਹੁਤ ਵਧੀਆ ਰਹੇਗਾ ਜੀ।